ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ ਮੈਂ ਰਾਮਤਾਂ ਕੀਤੀਆਂ ਨੇ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਾਰਾ ਸੰਗਤ ਰੂਪੀ ਪਰਿਵਾਰ ਅੱਜ ਖੋਜਕੀਪੁਰ ਇਸ ਇਲਾਕੇ ਦੇ ਵਿੱਚ ਇਕੱਤਰਿਤ ਹੋਇਆ ਜਿੰਨੇ ਵੀ ਪਿਆਰ ਵਾਲੇ ਤੁਸੀਂ ਇੱਥੇ ਬੈਠੇ ਹੋ ਮੇਰੀ ਸਨਿਮਰ ਬੇਨਤੀ ਹੈ ਏਡੀ ਤਗੜੀ ਭਾਵਨਾ ਦੇ ਨਾਲ ਬਹਿਣਾ ਇੱਥੇ ਜਿੱਥੇ ਪਿਤਾ ਜੀ ਵਿਰਾਜਮਾਨ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਏਡੀ ਤਗੜੀ ਭਾਵਨਾ ਬਣਾ ਲਓ ਕਿ ਜਿਨ੍ਹਾਂ ਦਾ ਮੈਂ ਆਗਮਨ ਪੁਰਬ ਮਨਾ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਗੁਰੂ ਪਿਤਾ ਨਾਨਕ ਜੀ ਚੌਂਕੜਾ ਮਾਰ ਕੇ ਬੈਠੇ ਨੇ ਫਿਰ ਕੀਰਤਨ ਕਰਨ ਦਾ ਵੀ ਰਸ ਆਏਗਾ ਕੀਰਤਨ ਸੁਣਨ ਦਾ ਵੀ ਰਸ ਆਏਗਾ ਆਓ ਜਿੰਨਾ ਕੁ ਸਮਾਂ ਸਾਨੂੰ ਹੁਕਮ ਲੱਗਿਆ ਸਮੇਂ ਦੇ ਦਾਇਰੇ ਦੇ ਵਿੱਚ ਰਹਿ ਕੇ ਬੜੀਆਂ ਜ਼ਰੂਰੀ ਜ਼ਰੂਰੀ ਮੈਂ ਗੱਲਾਂ ਕਰਨੀਆਂ ਸਤਿਗੁਰੂ ਸੇਵਾ ਲੈਣ ਜਿਹੜੇ ਰੋਜ਼ਾਨਾ ਪੀ ਟੀ ਸੀ ਸਿਮਰਨ ਦੇ ਰਾਹੀਂ ਦੁਪਹਿਰੀ 3 ਤੋਂ 4 ਜੁੜਦੇ ਹੋ ਦੁਪਹਿਰੇ ਜਿਹੜੇ ਜਿਹੜੇ ਪ੍ਰੋਗਰਾਮ ਵੇਖਦੇ ਹੋ ਜਾਂ ਰਾਤੀ 10 ਤੋਂ 11 ਵੇਖਦੇ ਹੋ ਪੀ ਟੀ ਸੀ ਸਿਮਰਨ 'ਤੇ ਉਹਨਾਂ ਨੂੰ ਪਤਾ ਹੈ ਮੈਂ ਕੀਰਤਨ ਦੀ ਪ੍ਰਾਰੰਭਤਾ 'ਤੇ 3-4 ਇਹੋ ਜਿਹੀਆਂ ਗੱਲਾਂ ਕਰਦਾ ਜਿਹੜੀਆਂ ਗੁਰਮਤ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ ਹਲੂਣਾ ਦੇਣ ਵਾਲੀਆਂ ਵੀ ਹੁੰਦੀਆਂ ਨੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਵੀ ਹੁੰਦੀਆਂ ਨੇ ਅਤੇ ਖਾਸ ਕਰਕੇ ਨਿਊ ਜਨਰੇਸ਼ਨ ਬੱਚਿਆਂ ਨੂੰ ਜੋੜਨ ਵਾਲੀਆਂ ਉਹ ਗੱਲਾਂ ਹੁੰਦੀਆਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਕਾਇਮ ਹੋ ਕਾਇਮ ਬੈਠੇ ਹਾਂ ਤੁਸੀਂ ਹੱਥ ਖੜੇ ਕਰਤੇ ਤਾਂ ਮੈਂ ਦੇਖਦੇ ਹੋ ਰੋਜ਼ ਸਮਾਗਮ ਜਕਾਰਾ ਵੀ ਲਾ ਦਿਓ ਨਾਲ ਪਿਆਰ ਨਾਲ ਹਾਂ ਇਹ ਜਦੋਂ ਮੈਂ ਪੁੱਛਣਾ ਨਾ ਕਾਇਮ ਹੋ ਤੇ ਆਪਣੇ ਕਾਇਮ ਹੋਣ ਦਾ ਹਾਜ਼ਰ ਹੋਣ ਦਾ ਸਬੂਤ ਦੇਣਾ ਜਕਾਰਾ ਲਾ ਕੇ ਤੇ ਦੋਵੇਂ ਬਾਹਾਂ ਉੱਚੀਆਂ ਕਰ ਲੈਣੀਆਂ ਉਹ ਪਤਾ ਕਿਉਂ ਕਰਨੀਆਂ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਦੋਵੇਂ ਬਾਹਾਂ ਉੱਚੀਆਂ ਕਰਕੇ ਨਾ ਗੁਰੂ ਨੂੰ ਆਵਾਜ਼ਾਂ ਮਾਰਨੀਆਂ ਦੋਵੇਂ ਬਾਹਾਂ ਉੱਚੀਆਂ ਕਰਕੇ ਪਿਤਾ ਜੀ ਨੂੰ ਆਪਣੀਆਂ ਬਾਹਾਂ ਫੜਾਉਣੀਆਂ ਨੇ ਇਹ ਮੇਰੀ ਬੇਨਤੀ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸੰਗਤ ਦੀ ਆਵਾਜ਼ ਆਵੇ ਧੰਨ ਗੁਰੂ ਰਾਮਦਾਸ ਜੀ ਰਾਮਦਾਸ ਜੀ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਮੈਂ ਗੱਲ ਦੀ ਸ਼ੁਰੂਆਤ ਕਰਾਂ ਸੁਣਿਓ ਕਿਸੇ ਨੇ ਬੜੀ ਪਿਆਰੀ ਗੱਲ ਕਹੀ ਔਰ ਸੱਚਾਈ ਹੈ ਸੱਚਾਈ ਕਹਿੰਦੇ ਜੇ ਬਾਣੀ ਪੜ੍ਹਦੇ ਹੋ ਨਾ ਪਾਠ ਪੂਜਾ ਕਰਦੇ ਹੋ ਤੇ ਫਿਰ ਪੜ੍ਹੀ ਹੋਈ ਬਾਣੀ ਦੇ ਉੱਤੇ ਵਿਸ਼ਵਾਸ ਕਰਨਾ ਵੀ ਸਿੱਖੋ ਫਿਰ ਮੈਂ ਦੁਹਰਾ ਰਿਹਾ ਜੇ ਬਾਣੀ ਪੜ੍ਹਦੇ ਹੋ ਪਾਠ ਪੂਜਾ ਕਰਦੇ ਹੋ ਸਿਮਰਨ ਕਰਦੇ ਹੋ ਬੰਦਗੀ ਕਰਦੇ ਹੋ ਫਿਰ ਪਿਆਰਿਓ ਬਾਣੀ ਦੇ ਉੱਤੇ ਭਰੋਸਾ ਕਰਨਾ ਵੀ ਸਿੱਖੋ ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਅਸੀਂ ਬਾਣੀ ਤੇ ਪੜ੍ਹਦੇ ਹਾਂ ਪਰ ਕਈ ਵਾਰੀ ਭਰੋਸਾ ਨਹੀਂ ਹੁੰਦਾ ਮੈਂ ਗੁਰੂ ਦਾ ਬਣਿਆ ਪਰ ਅੰਦਰ ਡਾਵਾਂਡੋਲ ਹੀ ਕੰਮ ਹੁੰਦਾ ਹੈ ਅਰਦਾਸ ਕੀਤੀ ਪਤਾ ਨਹੀਂ ਪੂਰੀ ਹੋਣੀ ਹੈ ਕਿ ਨਹੀਂ ਹੋਣੀ ਸੱਚੀ ਗੱਲ ਹੈ ਖਰੀ ਗੱਲ ਹੈ ਬਾਲਿਆਂ ਦਾ ਆਹੀ ਹਾਲ ਹੁੰਦਾ ਹੈ ਕਿ ਮੈਂ ਅਰਦਾਸ ਕੀਤੀ ਪਤਾ ਨਹੀਂ ਪੂਰੀ ਹੋਣੀ ਹੈ ਕਿ ਨਹੀਂ ਹੋਣੀ ਏਦਾਂ ਨਹੀਂ ਅਰਦਾਸਾਂ ਕਬੂਲ ਹੁੰਦੀਆਂ ਉਹ ਪਿਆਰਿਆ ਜੇ ਬਾਣੀ ਪੜ੍ਹਦਾ ਗੁਰੂ ਚਰਨਾਂ ਵਿੱਚ ਨਿਤਨੇਮ ਵਧਾਇਆ ਹੀ ਅੰਮ੍ਰਿਤ ਵੇਲਾ ਸੰਭਾਲ ਰਿਹਾ ਬੰਦਗੀ ਦਾ ਪਿੰਨਾ ਵੱਡਾ ਕੀਤਾ ਹੀ ਤੇ ਜੇ ਬੰਦਗੀ ਦਾ ਪਿੰਨਾ ਵੱਡਾ ਕੀਤਾ ਹੀ ਨਾ ਤੇ ਉਸ ਕੀਤੀ ਹੋਈ ਬੰਦਗੀ ਤੇ ਭਰੋਸਾ ਵੀ ਰੱਖ ਵਿਸ਼ਵਾਸ ਵੀ ਕਰਨਾ ਸਿੱਖ ਅਸੀਂ ਪਤਾ ਕੀ ਕਰਦੇ ਹਾਂ ਡਬਲ ਡਬਲ ਕੰਮ ਗੁਰੂ ਦੀ ਬਾਣੀ ਵੀ ਪੜ੍ਹਦੇ ਹਾਂ ਤੇ ਪਿਆਰਿਓ ਮੜੀਆਂ ਮਸਾਣਾ ਤੇ ਜਾ ਕੇ ਉੱਥੇ ਚਦਰਾਂ ਵੀ ਚੜ੍ਹਾਉਂਦੇ ਉੱਥੋਂ ਦੀ ਵੀ ਪੂਜਾ ਕਰਦੇ ਹਾਂ ਇੱਕ ਪਾਸੇ ਗੁਰੂ ਘਰ 'ਚ ਆਵਾਂਗੇ ਬਾਣੀ ਪੜ੍ਹਾਂਗੇ ਪਰ ਬਾਣੀ ਦੇ ਉੱਤੇ ਭਰੋਸਾ ਨਹੀਂ ਹੁੰਦਾ ਜੋਛੀਆਂ ਕੋਲ ਹੱਥ ਵਿਖਾਉਣ ਵੀ ਚਲੇ ਜਾਂਦੇ ਹਾਂ ਬਾਣੀ ਵੀ ਪੜ੍ਹਦੇ ਹਾਂ ਤੇ ਜਦੋਂ ਕਿਤੇ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਕੰਮ ਆ ਜਾਏ ਨਾ ਕਾਰਜ ਆ ਜਾਏ ਉਦੋਂ ਕੁੰਡਲੀਆਂ ਵੀ ਮਿਲਾਉਣ ਲੱਗ ਪੈਂਦੇ ਹਾਂ ਇਹਦਾ ਮਤਲਬ ਸਾਨੂੰ ਆਪਣੀ ਪੜ੍ਹੀ ਹੋਈ ਬਾਣੀ ਦੇ ਉੱਤੇ ਭਰੋਸਾ ਨਹੀਂ ਆਪਣੇ ਮਾਲਕ ਦੇ ਉੱਤੇ ਭਰੋਸਾ ਨਹੀਂ ਇਹ ਮੇਰੀ ਅਦਬ ਸਹਿਤ ਬੇਨਤੀ ਹੈ ਪਿਆਰਿਓ ਜੇ ਬਾਣੀ ਪੜ੍ਹਦੇ ਹੋ ਪਾਠ ਪੂਜਾ ਕਰਦੇ ਹੋ ਤੇ ਵਿਸ਼ਵਾਸ ਵੀ ਕਰਨਾ ਸਿੱਖੋ
एहो जिहा विश्वास करो। मैं बाणी पढ़ रहा, वो बाणी पढ़न दे नाल सतगुरां ने कृपा का खाता खोल के मेरिया झोलियां ते भरनिया ही ने। जे मालक जी मौज दे घर विच आ गए मेरी झोली ते भरनगे ही भरनगे, वो मैनू भी लखां दियां झोलियां भरन वाला बना देंगे। बोले सो निहाल सतो श्री अकाल। जकारे की आवाज भैणा वालों आई बड़ी गूंजवी, पर तुसी थोड़ी जी सुस्ती पा के बैठे हो। एक जाना जकारा लाओ ते जवाब भी सारे दियो। बोले सो निहाल हाँ। सुनियो जे बाणी पढ़ रहे हो ना विश्वास करना भी सीखो, विश्वास भी। ये बड़ी प्यारी गल मैनू किसी ने दसी ते मेरा सुभाव तुहानू सब नू पता है। जेडे रोज तुसी जुड़दे, जेडे नहीं जुड़दे ना जुड़िया करो। दुपहरी तीन तो चार समा अपना समझना ही नहीं, ये समा गुरु जी दा है। दुपहरी तीन तो चार पीटीसी सिमरन ते रोज चलता है समागम, राती दस तो ग्यारह। ये समा है ही नहीं साडा। मैं कई बारी कहना लखां संगतां हजारां मैंबर गुरु जी की कृपा दे नाल जुड़े ने, ते जेडे तुसी नहीं ना जुड़दे जुड़िया करो। अगली गल सुनियो, जे बाणी पढ़ते हो पाठ पूजा करते हो तो विश्वास करना भी सीखो। अगला बड़ा प्यारा बचन उन्हें मैं किसी गुरमुख ने लिख के भेजा, कहिंदे बोलन तो पहला सुनना भी सीखो। सानू बोलन का शौक ज्यादा है पर सुनने का शौक घट है। सुनिया भी करिए, चंगियां गल्लां सुनो ते कल्ला सुनन तक सीमित ना रखो। वो चंगियां गल्लां सुनन तो बाद उन्होंने मनन का भी यतन करो। आखो धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। जे बाणी पढ़ते हो पाठ पूजा करते हो विश्वास करना सीखो, बोलन तो पहला सुनना सीखो, ते कुछ भी लिखण तो पहला समझना सीखो। जो भी लिखना है ना लिखण तो पहला समझना सीखो, समझ के लिखो। अजकल तो चलो मोबाइल का युग है, व्हाट्सएप ने ईमेल्स आ गई, पर पहले समय दे विच चिट्ठियां चल दिया सी। मेरी होश चे भी जदों किते किसे नू सुनिया भेजना अपने घरों निकलना चिट्ठी वड्डियां ने लिखी होनी डाकखाने दे विच पा देनी लैटर बॉक्स च। ये बड़ी प्यारी गल कहिंदे लिखण तो पहला समझना सीखो। हुण असीं मोबाइल दी गल ही लै लईए, हुण किसे नू कोई तुसीं मैसेज टाइप करना है ना लिखण तो पहला सौ वारी सोच समझ मैं की लिख रहा, इहदा रिजल्ट की आएगा। असीं कई वारी इहो जिहियां चीज़ां लिख लैंदे आ प्यारे हो ते अगे शेयर कर देने आ, जिन्हां चीज़ां नू पढ़न तो बाद सुनन तो बाद वेखण तो बाद जिन्हों तुसी वो चीज भेजी शेयर की जदों ओदे तक ये चीज पहुंचती है ना वो जुड़न की जगह से टुट जाता है। आखो धन गुरु रामदास जी, धन गुरु रामदास जी। समझ रहे हो ना कुछ लिखना है ना लिखण तो पहला समझना सीखो, समझ के लिखो कि मैं जो लिख रहा ये मेरे लिखे का रिजल्ट की आएगा। ते अगली गल बड़ी प्यारी, कहिंदे खर्च करन तो पहला कमाउना सीखो। हुण आ बच्चे बैठे ने, कई बच्चियां नू पता है बापू साडा शाहूकार है, ओ एवें कई वारी बिना वजह तो कई खर्चे करवा देंदे ने, पता है प्यो ने दे ही देना। चलो बच्चे ने थोड़ी होश संभाली ना, फिर थोड़ा जिहा कंट्रोल करो प्यारे आ, ओ मेरे बच्चे आ, ओ मेरे पुत्रा, खर्चा करना ही ना एवें ना लुटा, पहले कमाउण दी भी जात सिख। जदों तू कमाएगा ना फिर पता लगेगा खर्चा कित्थे करना है ते कित्थे नहीं करना। ये बड़ी प्यारी गल है, सुन लो फिर मैं दोहरा रहा। जे बाणी पढ़ते हो पाठ पूजा करते हो तो विश्वास करना सीखो, बोलन तो पहला सुनना सीखो, लिखण तो पहला समझना सीखो, खर्च करन तो पहला कमाउना सीखो, ते हारन तो पहला वार वार कोशिश करना सीखो। हारन तो पहला कई बारी बंदा ना हार मन जाता है। मैं रोज ये चीज कहना जेडे समागम रोज तकदे उन्हां नू पता है प्यारे हो, बार दुनियावी पख तो
हारन तो पहला कोशिश वार वार कर, कोशिश वार वार कर कि हारिया ना ही जावे, ट्राई कर वार वार कोशिश कर। भी चाबियां पईयां ने एक ताड़ा है, उन्नी चाबियां ला लईयां वीवी वेले आके, आलस ना कर वीवी भी ला लै जिंदरा उन्हें खोलना है। सुनियो ध्यान नाल, हारन तो पहला वार वार कोशिश करना सीखो। ये दुनियावी पख की मैं गल कर रहा, पर एक चीज याद विच रखियो, गुरु पिता दे अगे, संगत दे अगे, कमाई वाले महापुरखां दे संत जना दे अगे हारना ही चंगा है। आखो धन गुरु रामदास जी, धन गुरु रामदास जी। बाकी थावां ते जितना पड़ा है, हर जगह ते, जे कोई मान लो तुसी क्रिकेट खेड रहे हो, तुहाडे बच्चे खेडदे ने, तुहाडे रिश्तेदार खेडदे ने, फुटबॉल खेडदे ने, कबड्डी का मैच हुंदा है, कोई भी चीज है, ओ खेडां दे विच या दुनियावी पक्ष तों कोई भी तुसी बिजनेस कर रहे, उत्थे जितना भला हारन नालों वार वार कोशिश कर जितण दी। पर जिथे गुरु पिता की कोई गल आ जाए ना, जा रंगे हुए महापुरखां की कोई गल आ जाए, करनी वाले गुरसिखां की कोई गल आ जाए, और संगत की गल आ जाए, इत्थे जितना नहीं, इत्थे ते हर वेले हारना ही चंगा है जी। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो ने जी धन बाबा दीप सिंह। अगली गल भी बड़ी प्यारी कही, केंदे रिश्ते बनाउन तो पहला निभाउना सिखो, रिश्ते बनाउन तो पहला निभाउना सिखो। मैं रोज घरेलू गल्लां करदा, घरेलू, मैं भी गृहस्थी हाँ, तीन बच्चे ने मेरे, तुसी भी गृहस्थी बैठे हो तकरीबन सारे। ओ प्यारे ओ, बहुते रिश्ते बनाउन नालों थोड़े बना लै पर उन्हां नूं निभा। ते कई वारी हुंदा पता की है, बारले रिश्तियां नूं निभाउने आ, ये मेरा मित्र, ये मेरे दोस्त की माँ है, ये मेरे दोस्त का प्यो है, पैरी हाथ भी लावांगे, आदर माण भी देवांगे, पर अपनी माँ नूं पुछदे तक नहीं, इदां ते गल नहीं ना मननी। आ गुरु नानक बापू जी का आगमन पर्व मना रहे हैं ना, पिता गुरु नानक कोलों सिख लो बापू का सत्कार, माँ का सत्कार किवें करना है। ये ते गल सब ने सुनी पढ़ी, कई ने सुनाई कि वीआं दे पिछे पिता कालू जी ने गुरु बाबा नानक जी दे मुख दे उत्ते चपेड़ मारी। सुनिया भी, सुनाया भी, पढ़िया भी बड़ी वारी, पर मैनू एक जाना दसो, किसे ने अज तक ये सुनाया या किसे कोलों सुनिया या तुसी किते पढ़े कि वीआं दे पिछे बापू ने गुरु नानक साहब दे मुख दे उत्ते चपेड़ मारी, पर किसे ने अज तक ना पढ़िया ना सुनिया ना सुनाया की कि जदों चपेड़ वजी गुरु नानक जी दे मुख ते, ते गुरु नानक भी अपने बापू दे अगे कुछ बोले होण, बोले नहीं, जवाब नहीं दिता, चपेड़ खाली, ते फिर अपना राह ओही रखिया, जुड़न ते जोड़न वाला, नाम जपन वाला, बंदगी करन वाला। मैं ते इत्थे कहना चाहवांगा, सिर दे उत्ते जे माता पिता दा साया है ना, ते सेवा लुट लो जिन्नी लुट सकदे हो, जिन्नी सेवा लुट सकदे लुट लो, ਐਵੇਂ ਇਹਨਾਂ ਨੂੰ ਬੁਰਾ ਭਲਾ ਨਾ ਕਹੋ ਮਾਪਿਆਂ ਨੂੰ। ਇਹ ਉਹੋ ਹੀ ਨੇ ਜਿਨ੍ਹਾਂ ਦੇ ਕਰਕੇ ਅੱਜ ਤੂੰ ਮੱਥੇ ਟੇਕਦੇ ਗੁਰੂ ਗ੍ਰੰਥ ਸਾਹਿਬ ਨੂੰ, ਇਹਨਾਂ ਨੇ ਸਿਖਾਇਆ ਇੱਦਾਂ ਝੁੱਕ, ਇੱਦਾਂ ਮੱਥਾ ਟੇਕ। ਇਹ ਉਹੋ ਹੀ ਨੇ ਜਿਨ੍ਹਾਂ ਨੇ ਤੈਨੂੰ ਸ਼ੁਰੂਆਤ ਵਿੱਚ ਤੋਤਲੀ ਜ਼ਬਾਨ 'ਚ ਵਾਹਿਗੁਰੂ ਕਹਿਣਾ ਸਿਖਾਤਾ। ਇਹੋ ਹੀ ਨੇ, ਉਮਰ ਦਾ ਤਗਾਦਾ ਹੈ, ਚੱਲ ਜੇ ਤੇਰੀ ਕਿਤੇ ਨਹੀਂ ਵੀ ਕੋਈ ਗੱਲ ਸੁਣਦੇ, ਨਹੀਂ ਵੀ ਮੰਨਦੇ, ਉਹ ਲੜਾਈ ਝਗੜਾ ਨਾ ਕਰ, ਗੁਰੂ ਨਾਨਕ ਵਰਗੀ ਨੀਤੀ ਅਪਣਾ, ਭਲੇ ਕੰਮਾਂ ਨੂੰ ਕਰੀ ਵੀ ਜਾ, ਪਰ ਇਹਨਾਂ ਦਾ ਨਿਰਾਦਰ ਨਾ ਕਰੀ। ਇਹ ਮੇਰੀ ਬੇਨਤੀ ਹੈ, ਇੱਕ ਪਾਠ ਜਪਜੀ ਸਾਹਿਬ ਦਾ ਵਧਾ ਦਿਓ ਮਹਾਰਾਜ, ਇਹਨਾਂ ਨੂੰ ਸਮਰਥ ਦੇ ਦਿਓ, ਪਰ ਲੜਾਈ ਝਗੜਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ, ਸੁਣਿਓ, ਰਿਸ਼ਤੇ ਬਣਾਉਣ ਤੋਂ ਪਹਿਲਾਂ ਨਿਭਾਉਣਾ ਸਿੱਖੋ। ਅਗਲੀ ਗੱਲ ਉਹਨੇ ਬੜੀ ਪਿਆਰੀ ਮੈਨੂੰ ਭੇਜੀ, ਕਹਿੰਦੇ ਮਰਨ ਤੋਂ ਪਹਿਲਾਂ ਖੁੱਲ੍ਹ ਕੇ ਜੀਣਾ ਸਿੱਖੋ। ਮਰਨ ਤੋਂ ਪਹਿਲਾਂ ਅਸੀਂ ਘੁੱਟਦੇ ਜਾ ਰਹੇ ਹਾਂ ਅੱਜ ਕੱਲ੍ਹ, ਘੁੱਟਦੇ, ਅਤੇ ਉਹ ਘੁੱਟਣ ਸਾਡੇ ਅੰਦਰ ਆਉਣ ਦਾ ਕਾਰਨ ਕੋਈ ਹੋਰ ਨਹੀਂ, ਅਸੀਂ ਹੋਈ ਹਾਂ। ਮੇਰੇ ਤੋਂ ਪਹਿਲੇ ਗੁਰਮੁਖ ਦੱਸ ਰਹੇ ਸੀ ਨਾ ਕਿ ਅੰਮ੍ਰਿਤ ਵੇਲਾ ਜਦੋਂ ਬੰਦਾ ਸੰਭਾਲੇਗਾ, ਬਾਣੀ ਦਾ ਪਹਿਰਾ ਵਧਾਏਗਾ, ਉਦੋਂ ਫਿਰ ਈਰਖਾ ਵੀ ਨਿਕਲਣੀ ਸ਼ੁਰੂ ਹੋ ਜਾਏਗੀ, ਉਦੋਂ ਤੱਕ ਨਿਕਲ ਹੀ ਨਹੀਂ ਸਕਦੀ।
ਇਹ ਜਿਹੜੀ ਸਾਡੇ ਅੰਦਰ ਘੁੱਟਣ ਹੈ ਨਾ ਇਹਦਾ ਕਾਰਨ ਵੀ ਅਸੀਂ ਹੋਈ ਆ। ਦੂਜਿਆਂ ਵੱਲ ਵੇਖ ਵੇਖ ਕੇ ਬਸ ਸੜੀ ਜਾਂਦੇ ਆ, ਫਲਾਣਾ ਕਿਉਂ ਅੱਗੇ ਵੱਧ ਗਿਆ, ਉਹਨੇ ਇੱਦਾਂ ਕਿਉਂ ਕਰਤਾ, ਅੱਗੇ ਛੋਟੀ ਜੀ ਕਾਰ ਸੀ ਹੁਣ ਏਡੀ ਮਹਿੰਗੀ ਕਿਉਂ ਲੈ ਲਈ, ਅੱਗੇ ਛੋਟਾ ਜਿਹਾ ਮਕਾਨ ਹੁਣ ਏਡੀ ਵੱਡੀ ਕੋਠੀ ਕਿੱਥੋਂ ਪਾਲੀ। ਉਹ ਅੰਦਰ ਘੁੱਟਦੇ ਜਾਂਦੇ ਆ। ਉਹ ਘੁੱਟੋ ਨਾ ਭਾਈ, ਖੁੱਲ ਕੇ ਜੀਣਾ ਸਿੱਖੋ। ਜੇ ਮੰਨ ਲਓ ਕੋਈ ਤਰੱਕੀ ਕਰਦਾ ਨਾ, ਉਹਦੇ ਵੱਲ ਵੇਖ ਕੇ ਸੜੋ ਨਾ। ਇੱਕ ਪਾਲ ਜਪਜੀ ਸਾਹਿਬ ਦਾ ਗੁਰੂ ਅੱਗੇ ਨੇਮ ਵਧਾ ਦਿਓ, ਪਿਤਾ ਜੀ ਆ ਮੇਰੇ ਗੁਆਂਢੀ ਨੂੰ ਵੀ ਭਾਗ ਲਾਓ ਤੇ ਇਹਦੇ ਪੈਰਾਂ ਪਿੱਛੇ ਮੈਨੂੰ ਵੀ ਬਰਕਤ ਪਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਬਾਪੂ ਨਾਨਕ ਕਹਿਣਗੇ ਅਸਲੀਅਤ ਵਿੱਚ ਤੂੰ ਮੇਰਾ ਆਗਮੰਦਨ ਬਣਾ ਕੇ ਆਇਆ, ਕੱਲਾ ਪੜਿਆ ਨੀ ਤੂੰ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ, ਅੱਜ ਤੂੰ ਉਹ ਭਲਾ ਮੰਗਣਾ ਵੀ ਸ਼ੁਰੂ ਕਰਤਾ। ਫਿਰ ਮੈਂ ਦੁਹਰਾ ਦਿਆਂ, ਉਸ ਤੋਂ ਬਾਅਦ ਆਪਾਂ ਫਤਿਹ ਬੁਲਾ ਕੇ ਅਗਾਂਹ ਸ਼ਬਦ ਪੜ੍ਹਨਾ। ਹੁਣ ਧਿਆਨ ਦੇਣਾ, ਮੈਂ ਦੁਹਰਾ ਰਿਹਾ, ਧਿਆਨ ਨਾਲ ਸੁਣਿਓ। ਜੇ ਬਾਣੀ ਪੜ੍ਹਦੇ ਹੋ, ਪਾਠ ਪੂਜਾ ਕਰਦੇ ਹੋ ਤੇ ਕੀ ਕਰਨਾ ਸਿੱਖੋ, ਕੀ ਕਰਨਾ ਸਿੱਖੋ? ਹਾਂ ਇਧਰੋਂ ਆਵਾਜ਼ ਆਈ, ਇੱਕ ਮਿੰਟ, ਕੀ ਕਰਨਾ ਸਿੱਖੋ? ਹਾਂ ਭਰੋਸਾ ਕਰਨਾ, ਵਿਸ਼ਵਾਸ ਕਰਨਾ ਸਿੱਖੋ। ਤੁਹਾਨੂੰ ਨੀ ਪਤਾ ਲੱਗਿਆ? ਉਹ ਹਿਸਾਬ ਨਾਲ ਨਾ ਹੋ ਜੇ ਭਾਈ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਨੇ ਕਲੇਰਾਂ ਵਾਲੇ ਕਥਾ ਪਏ ਕਰਦੇ, ਵਚਨ ਕਰ ਰਹੇ ਸੰਗਤ ਵਿੱਚ, ਸੰਗਤ ਦੇ ਕਈ ਪ੍ਰੇਮੀ ਇੱਦਾਂ ਸਿਰ ਲਾਈ ਜਾਣ, ਸ਼ਹਿਰ ਦੀ ਸੰਗਤ ਸੀ, ਇੱਦਾਂ ਸਿਰ ਲਾਈ ਜਾਣ ਸਾਰੇ। ਹੁਣ ਮਹਾਂਪੁਰਖਾਂ ਨੂੰ ਕੀ ਪਰਵਾਹ? ਮਹਾਂਪੁਰਖ ਕਹਿੰਦੇ ਅਸੀਂ ਕਥਾ ਕਰ ਰਹੇ ਹਾਂ। ਕਈ ਇੱਦਾਂ ਸਿਰ ਲਾਈ ਜਾਂਦੇ ਨੇ, ਕਿਤੇ ਇਹ ਤੇ ਨਹੀਂ ਕਹੀ ਜਾਂਦੇ ਬਾਬਾ ਜੀ ਜੋ ਮਰਜ਼ੀ ਕਹੀ ਚਲੋ ਅਸੀਂ ਤੇ ਨਹੀਂ ਮੰਨਣਾ। ਤੁਹਾਡੇ ਵੀ ਕਈਆਂ ਦੇ ਹਿਲਦੇ ਆ ਤੇ ਨਹੀਂ ਕਹਿੰਦੇ, ਪਤਾ ਲੱਗ ਰਿਹਾ ਨਾ ਮੈਂ ਕੀ ਆਖਿਆ। ਜੇ ਬਾਣੀ ਪੜ੍ਹਦੇ ਹੋ, ਪਾਠ ਪੂਜਾ ਕਰਦੇ ਹੋ ਤੇ ਕੀ ਕਰਨਾ ਸਿੱਖੋ? ਹਾਂ ਵਿਸ਼ਵਾਸ, ਭਰੋਸਾ, ਵਿਸ਼ਵਾਸ ਕਰਨਾ ਸਿੱਖੋ। ਬੋਲਣ ਤੋਂ ਪਹਿਲਾਂ ਕੀ ਕਰਨਾ? ਹਾਂ ਸੁਣਨਾ ਸਿੱਖੋ। ਉਧਰੋਂ ਆਵਾਜ਼ ਵੇਲੋ ਆ ਰਹੀ ਹੈ, ਇੱਧਰ ਨਹੀਂ ਆ ਰਹੀ। ਕੈਮ ਹੋ, ਕੈਮ ਹੋ? ਹਾਂ ਫਿਰ ਬਾਹਾਂ ਤਾਂ ਕਰਕੇ ਲਾਓ ਜਕਾਰਾ। ਅੱਧੇ ਕੁ ਕੈਮ ਹੋ ਮੇਰਾ ਖਿਆਲ, ਅੱਧੇ ਤੇ ਕਈ ਬਹੁਤੀ ਜ਼ਿਆਦਾ ਗੈਰ ਹਾਜ਼ਰੀ ਹੈ ਮੰਨਦੀ। ਜੇ ਨਹੀਂ ਹੈ ਫਿਰ ਆ ਗੱਜ ਕੇ ਹਾਜ਼ਰੀ ਲਾਇਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜੇ ਪਾਠ ਪੂਜਾ ਕਰਦੇ ਹੋ, ਬਾਣੀ ਪੜ੍ਹਦੇ ਹੋ ਤੇ ਵਿਸ਼ਵਾਸ ਕਰਨਾ ਸਿੱਖੋ। ਬੋਲਣ ਤੋਂ ਪਹਿਲਾਂ ਸੁਣਨਾ ਸਿੱਖੋ, ਲਿਖਣ ਤੋਂ ਪਹਿਲਾਂ ਸਮਝਣਾ ਸਿੱਖੋ, ਖਰਚ ਕਰਨ ਤੋਂ ਪਹਿਲਾਂ ਕਮਾਉਣਾ ਸਿੱਖੋ, ਹਾਰਨ ਤੋਂ ਪਹਿਲਾਂ ਵਾਰ ਵਾਰ ਕੋਸ਼ਿਸ਼ ਕਰਨਾ ਸਿੱਖੋ, ਰਿਸ਼ਤੇ ਬਣਾਉਣ ਤੋਂ ਪਹਿਲਾਂ ਨਿਭਾਉਣਾ ਸਿੱਖੋ, ਉਹ ਮਰਨ ਤੋਂ ਪਹਿਲਾਂ ਖੁੱਲ੍ਹ ਕੇ ਜਿਉਣਾ ਸਿੱਖੋ, ਤੇ ਰੋਣ ਤੋਂ ਪਹਿਲਾਂ ਨਾ ਕਿਸੇ ਨੂੰ ਹਸਾਉਣਾ ਸਿੱਖੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਕਈ ਵਾਰੀ ਨਾ ਇਹੋ ਜਿਹੇ ਕੰਮ ਕਰਦੇ, ਆਪ ਵੀ ਰੋਂਦੇ, ਦੂਜੇ ਵੀ ਰੋਂਦੇ ਨੇ ਸਾਡੇ ਵੱਲ ਵੇਖ ਕੇ। ਨਹੀਂ ਭਾਈ, ਕੰਮ ਇਹੋ ਜਿਹੇ ਕਰੋ ਜਿਹਦੇ ਨਾਲ ਤੇਰਾ ਜੀਵਨ ਵੀ ਖਿੜਿਆ ਰਵੇ, ਤੇ ਜਿਹੜਾ ਤੇਰੇ ਵੱਲ ਤੱਕ ਲਵੇ ਨਾ, ਤੇਰੇ ਹੰਸੂ ਹੰਸੂ ਕਰਦੇ ਚਿਹਰੇ ਵੱਲ, ਉਹ ਵੀ ਆਪਣੇ ਦੁੱਖ ਭੁੱਲ ਜਾਵੇ, ਆਨੰਦ ਤੇ ਤਾਂ ਆਏਗਾ। ਸਾਡੇ ਜਗਤ ਮਾਤਾ ਜੀ, ਮਾਤਾ ਸਾਹਿਬ ਕੌਰ ਜੀ, ਮੈਂ ਉਹਨਾਂ ਦਾ ਜੀਵਨ ਪੜ੍ਹਿਆ, ਇਤਿਹਾਸਕਾਰਾਂ ਨੇ ਲਿਖਿਆ ਕਹਿੰਦੇ ਮਾਂ ਜੀ ਦਾ ਚਿਹਰਾ ਨਾ ਹਰ ਵੇਲੇ ਹੰਸੂ ਹੰਸੂ ਕਰਦਾ ਸੀ ਮਾਤਾ ਸਾਹਿਬ ਕੌਰ ਜੀ ਦਾ। ਤੇ ਜਿਹੜਾ ਵੀ ਮਾਤਾ ਸਾਹਿਬ ਕੌਰ ਜੀ ਦੇ ਚਿਹਰੇ ਵੱਲ ਤੱਕ ਲੈਂਦਾ ਸੀ ਨਾ, ਉਹਨੂੰ ਆਪਣੇ ਦੁੱਖ ਤਕਲੀਫ ਭੁੱਲ ਜਾਂਦੇ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜਾ ਰੋਜ਼ ਅਸੀਂ ਆਪਣਾ ਨਿਸ਼ਾਨਾ ਬੋਲਦੇ ਹਾਂ ਉਹ ਬੋਲੋ, ਉਸ ਤੋਂ ਬਾਅਦ ਆਪਾਂ ਸ਼ਬਦ ਪੜਾਂਗੇ। ਸਾਰੇ ਆਖੋ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਭਾਈ ਸਾਹਿਬ ਜੀ ਦੀਆਂ ਵਾਰਾਂ ਦੇ ਵਿੱਚੋਂ ਇੱਕ ਬਚਨ ਪੜ੍ਹਨਾ ਹੈ। ਗੁਰੂ ਬਾਬਾ ਨਾਨਕ ਜੀ ਦੀਆਂ ਵਡਿਆਈਆਂ ਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਬੜੇ ਪਿਆਰ 'ਚ ਇਹ ਸ਼ਬਦ ਸਾਰੀ ਸੰਗਤ ਪੜ੍ਹਿਓ, ਸਿੱਧੀ ਲੈ 'ਚ ਮੈਂ ਬੋਲਣਾ ਹੈ ਤਾਂ ਸਾਰੇ ਕੀਰਤਨ ਕਰਿਓ।
ਤੇ ਗੁਰੂ ਬਾਬਾ ਨਾਨਕ ਜੀ ਦੀ ਵਡਿਆਈ ਵਿੱਚ ਬੜੀਆਂ ਵਿਚਾਰਾਂ ਮੈਂ ਪਿਆਰੀਆਂ ਪਿਆਰੀਆਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ। ਸਤਿਗੁਰੂ ਸੇਵਾ ਲੈਣ ਆਓ ਜੀ, ਕਰਿਓ ਪਿਆਰ ਨਾਲ ਕਿਰਪਾ ਸਾਰੇ। ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਤਰੇ ਬਾਬਾ ਧੰਨ ਗੁਰੂ ਨਾਨਕ, 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 ਧੰਨ ਗੁਰੂ ਨਾਨਕ। ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਤਰੇ, ਜਿੱਥੇ ਬਾਬਾ ਪੈਰ ਤਰੇ, ਨੱਚ ਕੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਤਰੇ, ਸਿੱਧ ਆਸਣ ਸਭ ਜਗਤ ਦੇ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਤਮ ਤੇ ਜੇ ਕੋ ਆ, ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਤਰੇ, ਬਾਬਾ ਪੈਰ, ਪੈਰ ਤਰੇ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ। ਦੋਵੇਂ ਬਾਬਾ ਉੱਚੀਆਂ ਕਰਕੇ ਕਵੋ ਧੰਨ ਬਾਬਾ ਦੀਪ ਸਿੰਘ ਜੀ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ ਜਗ ਚਾਨਣ ਹੋਵਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਵਾ, ਤਾਰੇ ਛੱਪੇ ਅੰਧੇਰ ਪਲੋਵਾ, ਜਿਉ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਵਾ, ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਤਰੇ, ਗੱਜ ਕੇ ਜਿੱਥੇ ਬਾਬਾ ਪੈਰ ਤਰੇ, ਸਾਰੇ ਬੋਲੋ ਸਾਰੇ, ਪੂਜਾ ਆਸਣ ਥਾਪਣ ਸੋਆ, ਜਿੱਥੇ ਬਾਬਾ ਪੈਰ ਤਰੇ, ਸਾਰੇ ਬੋਲੋਗੇ ਬਾਬਾ ਧੰਨ ਗੁਰੂ ਨਾਨਕ, ਧੰਨ ਗੁਰੂ, ਗੱਜ ਕੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ।
सिंह बुके मेरे कामली पन्नी जाए ना तीर तरोवा पन्नी जाए ना तीर तरोवा सिंह बुके मेरे कामली पन्नी जाए ना तीर तरोवा जाए ना तीर तरोवा जिथे बाबा पैर तरे पूजा आसन थापण सोवा पूजा आसन थापण सोवा सिद्ध आसन सब जगत दे नानक आत्मते जे कोवा जिथे बाबा पैर तरे पूजा आसन थापण सोवा जिथे बाबा पैर तरे बोलो जिथे बाबा पैर तरे नच के पूजा आसन थापण सोवा जिथे बाबा पैर संगत दी वार सुनने बाबा धन गुरु नानक धन गुरु नानक दास बोले ए बच्चे जिन्ने तुहाडे स्टेज ते बैठे मेरे नाल बोलन उस तों बाद तुहाडी सारेयां दी आवाज जे मारी एक एक चों पंजां पंजां दी आवाज आवे मैं तुहाडी आवाज सुननी सब दे धन गुरु नानक धन गुरु नानक बोलो धन वाह वाह धन गुरु नानक धन गुरु नानक अंदर तर मसाल होवे कीर्तन सदा विसोवा होवे कीर्तन सदा विसोवा पपे तारे चार चक नौखंड पृथ्वी सच्चा टोवा नौखंड पृथ्वी सच्चा टोवा गुरमुख कल विच परगट होवा कल विच परगट होवा जिथे बाबा पैर तरे पूजा आसन थापण सोवा जिथे बाबा पैर तरे जिथे बाबा पैर तरे पूजा आसन थापण सोवा जिथे बाबा पैर तरे जी सिद्ध आसन सब जगत दे सिद्ध आसन सब जगत दे नानक आत्मते जे कोवा जिथे बाबा पैर तरे पूजा आसन थापण सोवा जिथे बाबा पैर तरे जिथे बाबा पैर तरे आसन थापण सोवा जिथे बाबा पैर तरे बाबा धन गुरु नानक धन गुरु नानक धन गुरु नानक धन गुरु नानक बाबा धन गुरु नानक धन गुरु नानक धन गुरु नानक धन गुरु नानक रु वाहे गुरु वाहे गुरु वाहे गुरु वाहे गुरु वाहे गुरु वाहे गुरु वाहेगुरु सारे वाहे गुरु वाहेगुरु 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 सब दी आवाज आवे सब दी वाहेगुरु 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 गुरु गुरु
वाहे वाहगुरु 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 गज के वाहगुरु 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 गज के वाहगुरु 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 तुहाडी आवाज आवे गुरु वाहगुरु 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 तुहाडी आवाज वाहगुरु 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 संगत दी आवाज वाहगुरु 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 तुहाडी थोड़ी जी ढिली आवाज गुरमुखो कज के वाहगुरु 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 घड़ियां मुड़नी जे लभनियां वाहगुरु थोड़ा होर जोर लाओ वाहगुरु 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 बाबा नानक बड़े खुश होंदे जे देते वाहगुरु वाहगुरु जदों कोई सिमरन करदा वाहगुरु 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 सात धरती पई हरियावली जिथे मेरा सतगुर बैठाए तन धरती ननकाने दे तन गलियां तलवंडी दिया सा धरती पई हरियावली जिथे मेरा सतगुर बैठा है से जंत पए हरियावले जिन्नी मेरा सतगुर देखे आ जाए जिथे बाबा पैर तरे जिथे जाए बहे मेरा सतगुरु सोथान सोहावा राम राजे गुर सिखी सोथान पालिया लै तोर मुख लावा गुर सिखा की काल थाए पई जिन हर नाम ते आवा जिन नानक सतगुर पूजिया तिन हर पूज करावा जिथे बाबा पैर तरे पूजा आसन थापण सोआ जिथे बाबा पैर तरे बोलो जी जिथे बाबा पैर तरे पूजा आसन थापण सोआ जिथे बाबा पैर तरे बोले सोनिहाल सतश्री अकाल धन गुरु रामदास जी धन गुरु रामदास जी धन गुरु रामदास जी धन गुरु रामदास जी
प्यार नाल सारे आखो ने जी धन बाबा दीप सिंह जी बापू नानक जी का आगमन पर्व तुसी सारे मना रहे हो। मैं एक घटना तुहाडे नाल सांझी करनी है बड़ी प्यारी हो। जिस घटना नूं जिस हड बीती नूं सुनन तों बाद जिवें मैं शुरुआत च कहा सी ना कई बार असी बाणी पढ़ने पर विश्वास नहीं हुंदा। मैनूं इउं लगदा जदों तुसीं उह गल सुणोगे तुहाडा विश्वास अपने पिता दे चरणां नाल होर वध जाएगा। आखो धन गुरु रामदास जी धन गुरु रामदास जी प्यार नाल आखो ने जी धन बाबा दीप सिंह जी। अमृतसर दे इक ब्रिगेडियर गल सुनियो अमृतसर दे इक ब्रिगेडियर गए ननकाणा साहिब जदों गुरु बाबा नानक जी दे उस पावन पवित्र अस्थान दे कीते दर्शन अंदर बह गए अस्थान दे ते बड़े वजूद दे विच बड़े रंगे हुए सी सिमरन हर वेले कृपा बड़े वजूद दे विच ना ए बैठे ने ननकाणा साहिब दे अंदर ते अपने भागां नूं सलाह रहे कि मेरे धन भाग कि ओह धरती दी चरण छोह मिल रही उथों दी चरण धूड़ी मिल रही है जिथे गुरु बाबा नानक जी आप निरंकार रब ने अवतार धारिया। आप रब आया जिथे रब गुरु नानक रब ए कोई होर रब लभन ना तुरे हो बाणी पढ़ो सतगुरु कहिंदे नानक सोधे सिमरत बेद पार ब्रह्म गुर नाहीं भेद। गुरु विच ते परमेश्वर च फर्क नहीं कोई ज्ञान ध्यान किश कर्म न जाना सार न जाना तेरी सारे बोलो सब ते वड्डा सतगुरु नानक जिन कल रखी तेरी। आप रब ने गुरु नानक साहिब रब हुण ए ब्रिगेडियर ननकाणा साहिब दे अंदर बैठे बड़े वजूद बड़े रस दे विच उथों दी धूड़ी अपने मस्तक ते ला रहे ते इन्हां ने अचानक पता की तकिया एक पठान पहरावे तो पता लग गया उहदे कपड़िआं तो पता लग गया पठान है मुसलमान है। एक पठान नाल उहदे 10-11 साल दा उहदा पुत्तर है एक हथ नाल बच्चे ने ना प्यो दी उंगली फड़ी हुई है ते गुरु ग्रंथ साहिब जी दीआं परिक्रमा कर रहे ते दूजे हथ नूं ना गुरु ग्रंथ साहिब जी वल कर करके उह बच्चा पता की कहिंदा बाबा ट्रक दे बाबा ट्रक दे बाबा ट्रक दे इहो ही कही जांदा बाबा ट्रक दे परिक्रमा करदे ने प्यार नाल ते नाल उह बच्चा की कही जांदा बाबा ट्रक दे बाबा ट्रक दे। ये ब्रिगेडियर जेड़े बड़े हैरान होए कहिंदे ये तो समझ च आ गई नमस्कार कीती गुरु ग्रंथ साहिब जी नूं परिक्रमा कर रहे ये भी प्यार दी निशानी परिक्रमा कर रहे पर बच्चा आ की कही जा रहा वार वार बाबा ट्रक दे ट्रक दे रहा ना गया ते वो ब्रिगेडियर इहो जे सी जेड़े केवल उत्थे इमारत दे दर्शन करन वास्ते नहीं सी गए असलीयत दे विच झोलियां भरवाउण वास्ते गए सी। असी कई बारी ना केवल गुरु घरां दीआं इमारतां दे दर्शन करन जाने आ बाहरों संगतां आउंदियां ने अमृतसर साहिब मन च आ ही हुंदा हरिमंदर साहिब भी दर्शन करना तरन तारण साहिब भी होवावां गोइंदवाल साहिब भी होवावां चलो एडी दूरों आए हाँ साहबजादियां दे अस्थान तों भी हो आईए कोई गलत गल नहीं पर प्यारिया जिस अस्थान ते गया ना वो अस्थान तेनू कह की रहा है वो आवाज सुन ते उस तों बाद उस आवाज नू कमाउण दा भी यतन कर। असी नंबर थोड़ी बनाने मैं 20 गुरुद्वारिआं दे दर्शन कर ले मैं 10 गुरुद्वारिआं दे दिहाड़ी च दर्शन कर ले वो 10 दी जगह ते 2 स्थानां ते जा भावें पर वो गुरुद्वारा कह की रहा है उस आवाज नू सुन ते उहनू मन्नण दा यतन कर मन्नण दा। हुण साहिबजादिआं दे अस्थान ते असी जाने आ जदों जाइए वो अस्थान आवाज पता की देंदा है उस स्थान दे विच्चों आवाज आउंदी है पता केड़ी पढ़िओ मेरा चित कर रहा मेरे तो बाद सारे वीर सारियां भैणां तीजे हिस्से च बोलियो ए उस स्थान चों आवाज आउंदी सिर जावे तां जावे मेरा सिखी सिदक ना जावे सिर जावे तां जावे मेरा
ਸਿੱਖੀ ਸਿਦਕ ਨਾ ਜਾ ਭੈਣਾਂ ਬੋਲੋ ਮੇਰੀਆਂ ਸਿਰ ਜਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿੱਖੀ ਵੀਰੋ ਗੱਜ ਕੇ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਭੈਣਾ ਮੇਰਾ ਸਿੱਖੀ ਹੋਰ ਉੱਚੀ ਥੋੜਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਬੋਲੋ ਸਿਰ ਜਾ ਹੁਣ ਜਦੋਂ ਉਸ ਧਰਤੀ ਤੇ ਗਏ ਹੋ ਨਾ ਉਹ ਧਰਤੀ ਦੀ ਇਹ ਆਵਾਜ਼ ਏ ਉਸ ਆਵਾਜ਼ ਨੂੰ ਫਿਰ ਸੁਣੋ ਸੁਣਨ ਤੋਂ ਬਾਅਦ ਮੰਨਣ ਦਾ ਯਤਨ ਕਰੋ ਕਿ ਮਰਦੇ ਮਰ ਜਾਵਾਂਗੇ ਪਰ ਬਾਜਾਂ ਵਾਲੇ ਪ੍ਰੀਤਮਾ ਤੇਰੀ ਸਿੱਖੀ ਨਹੀਂ ਕਦੀ ਛੱਡਾਂਗੇ ਆਖੋ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਮਰਨਾ ਮਨਜ਼ੂਰ ਏ ਪਰ ਗਰੀਬ ਨਿਵਾਸ ਸਾਈਂ ਤੇਰੀ ਸਿੱਖੀ ਨਹੀਂ ਛੱਡਣੀ ਹੁਣ ਹਰਿਮੰਦਰ ਸਾਹਿਬ ਗਏ ਹੋ ਹਰਿਮੰਦਰ ਸਾਹਿਬ ਜਦੋਂ ਗਏ ਉਹ ਅਸਥਾਨ ਤੋਂ ਆਵਾਜ਼ ਆਉਂਦੀ ਏ ਸੋ ਅਸਥਾਨ ਬਤਾਵੋ ਮੀਤਾ ਜਾ ਕੇ ਹਰ ਹਰ ਕੀਰਤਨ ਨੀਤਾ ਜਿੱਥੇ ਅੱਠੇ ਪੈਰ ਕੀਰਤਨ ਹੋ ਰਿਹਾ ਉਹ ਤੂੰ ਗਿਆ ਹਰਿਮੰਦਰ ਸਾਹਿਬ ਉਹ ਜਦੋਂ ਤੂੰ ਵਾਪਸ ਮੁੜ ਕੇ ਆਵੇ ਉਹ ਤੇਰੇ ਅੰਦਰ ਵੀ ਹਰ ਵੇਲੇ ਉਹਦੀ ਕੀਰਤੀ ਉਹਦਾ ਨਾਮ ਉਹਦਾ ਸਿਮਰਨ ਚੱਲ ਪਵੇ ਆਖੋ ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਆਨੰਦ ਤੇ ਤਾਂ ਆਏਗਾ ਅਸੀਂ ਤੇ ਖਾਨਾ ਪੂਰਤੀ ਕਰਦੇ ਹਾਂ ਪਾਕਿਸਤਾਨ ਯਾਤਰਾ ਜਾਂਦੇ ਹਾਂ ਹਜ਼ੂਰ ਸਾਹਿਬ ਜਾਂਦੇ ਆ ਹੇਮਕੁੰਡ ਸਾਹਿਬ ਜਾਂਦੇ ਆ ਪਟਨਾ ਸਾਹਿਬ ਜਾਂਦੇ ਆ ਦਰਬਾਰ ਸਾਹਿਬ ਜਾਂਦੇ ਆ ਸੱਚੀ ਗੱਲ ਏ ਰਿਸ਼ਤੇਦਾਰ ਮਿੱਤਰ ਦੋਸਤ ਸਾਨੂੰ ਚੇਤੇ ਹੁੰਦੇ ਨੇ ਪਰ ਜਿਹਦੀ ਯਾਤਰਾ ਜਾ ਰਹੇ ਨਾ ਉਹਦੇ ਵੱਲ ਧਿਆਨ ਹੀ ਕੋਈ ਨਹੀਂ ਹੁੰਦਾ ਸੱਚਾਈ ਏ ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜਿਹਦੀ ਯਾਤਰਾ ਜਾ ਰਹੇ ਆ ਨਾ ਉਹਦੇ ਵੱਲ ਧਿਆਨ ਹੀ ਨਹੀਂ ਹੁੰਦਾ ਸਾਡਾ ਮੇਰੀ ਬੇਨਤੀ ਇਹ ਬ੍ਰਿਗੇਡੀਅਰ ਅੰਮ੍ਰਿਤਸਰ ਦੇ ਉਹਨਾਂ ਦੇ ਵਿੱਚ ਇਹ ਗੁਣ ਸੀ ਕੱਲੀ ਇਮਾਰਤ ਦੇ ਦਰਸ਼ਨ ਨਹੀਂ ਆਪਣੇ ਕਰਮਾਂ ਨੂੰ ਸਲਾਹ ਰਹੇ ਨੇ ਉੱਥੋਂ ਦੀ ਧੂੜੀ ਮੱਥੇ ਤੇ ਲਾ ਰਹੇ ਕਿ ਬਾਪੂ ਨਾਨਕ ਜੀ ਦੇ ਪ੍ਰਕਾਸ਼ ਅਸਥਾਨ ਦੀ ਇਹ ਧਰਤੀ ਦੇ ਮੈਨੂੰ ਦਰਸ਼ਨ ਨਸੀਬ ਹੋਏ ਨੇ ਸਿਮਰਨ ਕਰੀ ਜਾ ਰਹੇ ਸ਼ੁਕਰਾਨਿਆਂ ਵਿੱਚ ਤੇ ਤੱਕਿਆ ਕੀ ਉਹ ਪਠਾਨ ਉਂਗਲੀ ਦੇ ਨਾਲ ਬੱਚਾ ਲਾਇਆ ਬੱਚੇ ਨੇ ਉਂਗਲੀ ਫੜੀ ਆਪਣੇ ਪਿਤਾ ਦੀ ਪਠਾਨ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਤੇ ਦੂਜੇ ਹੱਥ ਨਾਲ ਨਾ ਇੱਦਾਂ ਕਰੀ ਜਾਂਦਾ ਬਾਬਾ ਟਰੱਕ ਦੇ ਬਾਬਾ ਟਰੱਕ ਦੇ ਬਾਬਾ ਟਰੱਕ ਦੇ ਇਹ ਬ੍ਰਿਗੇਡੀਅਰ ਜਿਹੜੇ ਇਹਨਾਂ ਕੋਲੋਂ ਰਿਹਾ ਨਾ ਗਿਆ ਜਦੋਂ ਉਹਨਾਂ ਨੇ ਇਹ ਪਿਆਰ ਦੇ ਵਿੱਚ ਸਾਰੀਆਂ ਪਰਿਕਰਮਾ ਕਰ ਲਈਆਂ ਕਰਿਆ ਕਰੋ ਇਹ ਕੋਈ ਮਨਮਤ ਨਹੀਂ ਪਿਆਰਿਓ ਇੱਕ ਲੜਕਾ ਤੇ ਲੜਕੀ ਵਿਆਹ ਤੋਂ ਬਿਨਾਂ ਵਿਆਹੇ ਜੋੜਿਆਂ ਵਾਂਗ ਰਹਿਣਾ ਸ਼ੁਰੂ ਕਰਦੇ ਨੇ ਲੋਕ ਕਿੰਨੀਆਂ ਗੱਲਾਂ ਕਰਦੇ ਨੇ ਬਿਲਕੁਲ ਗਲਤ ਗੱਲ ਏ ਅਸਲੀਅਤ 'ਚ ਗਲਤ ਏ ਪਰ ਉਹੋ ਹੀ ਲੜਕਾ ਲੜਕੀ ਜਦੋਂ ਗੁਰਮਤ ਆਸ਼ੇ ਅਨੁਸਾਰ ਚਾਰ ਪਰਿਕਰਮਾ ਕਰ ਲੈਂਦੇ ਮਾਲਕ ਪਿਤਾ ਜੀ ਦੀਆਂ ਲਾਵਾਂ ਹੋ ਜਾਂਦੀਆਂ ਗੁਰੂ ਦੀ ਹਜ਼ੂਰੀ 'ਚ ਲੋਕ ਕਹਿੰਦੇ ਇਹ ਤੇ ਸੁਭਾਗੀ ਜੋੜੀ ਹੈ ਹੈਂਜੀ ਅੱਜ ਵੀ ਜਦੋਂ ਹਰਿਮੰਦਰ ਸਾਹਿਬ ਜਾਓ ਬਾਬਾ ਬੁੱਢਾ ਸਾਹਿਬ ਜੀ ਦੇ ਵੇਲੇ ਜਿਹੜੀ ਚੌਂਕੀ ਸ਼ੁਰੂ ਹੋਈ ਨਾ ਜਦੋਂ ਆਉਂਦੇ ਨੇ ਨਾ ਅੰਦਰ ਕੀਰਤਨ ਉੱਥੇ ਵਿਸ਼ਰਾਮ ਦਿੱਤਾ ਜਾਂਦਾ ਹੈ ਤੇ ਉਹ ਚੌਂਕੀ ਸਾਹਿਬ ਵੀ ਅੰਦਰ ਲਈ ਪਰਿਕਰਮਾ ਆਖੋ ਧੰਨ ਗੁਰੂ ਰਾਮਦਾਸ ਜੀ ਪਰਿਕਰਮਾ 'ਚ ਵੀ ਬੜੀ ਤਾਕਤ ਹੈ ਸਾਡੇ ਅੰਦਰੋਂ ਪ੍ਰੇਮਾ ਭਗਤੀ ਕੱਢੀ ਜਾ ਰਹੀ ਨਹੀਂ ਭਾਈ ਇਹ ਕੋਈ ਮਨਮਤ ਨਹੀਂ ਇਹ ਪ੍ਰੇਮ ਹੈ ਪ੍ਰੇਮ ਤੋ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਜਦੋਂ ਪ੍ਰੇਮ ਦੇ ਵਿੱਚ ਇਹ ਸਾਰੀਆਂ ਪਰਿਕਰਮਾ ਕੀਤੀਆਂ ਤੇ ਜਦੋਂ ਆ ਕੇ ਬੈਠੇ ਨਾ ਤੇ ਬ੍ਰਿਗੇਡੀਅਰ ਜੀ ਕੋਲੋਂ ਰਿਹਾ ਨਾ ਗਿਆ ਕੋਲ ਚਲੇ ਗਏ ਤੇ ਕੋਲ ਜਾ ਕੇ ਪਤਾ ਕੀ ਕਹਿੰਦੇ ਕਹਿੰਦੇ ਜੀ ਤੁਸੀਂ ਮੁਸਲਮਾਨ ਹੋ ਤੁਹਾਡੇ ਪਹਿਰਾਵੇ ਤੋਂ ਲੱਗ ਰਿਹਾ ਤੁਸੀਂ ਪਠਾਨ ਮੁਸਲਮਾਨ ਕਹਿੰਦਾ ਹਾਂਜੀ ਮੁਸਲਮਾਨ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਪਤਾ ਲੱਗ ਗਿਆ ਕਿ ਤੁਹਾਡਾ ਗੁਰੂ ਜੀ ਨਾਲ ਪ੍ਰੇਮ ਹੈ ਗੁਰੂ ਜੀ ਨੂੰ ਪਰਿਕਰਮਾ ਕਰ ਰਹੇ ਤੁਸੀਂ ਦੋਵੇਂ ਜਾਣੇ ਇਹ ਕੌਣ ਹੈ ਪੁੱਤਰ ਕਹਿੰਦੇ ਹਾਂ ਪੁੱਤਰ ਹੈ ਮੇਰਾ ਕਹਿੰਦੇ ਪਰਿਕਰਮਾ ਕਰ ਰਹੇ ਇਹ ਵੀ ਪਤਾ ਲੱਗ ਗਿਆ ਤੁਸੀਂ ਪ੍ਰੇਮ ਭਾਵਨਾ ਨਾਲ ਪਰਿਕਰਮਾ ਕਰ ਰਹੇ ਹੋ ਪਰ ਇੱਕ ਅੰਦਰ ਗੱਲ ਆ ਗਈ ਹੈ ਕਿ ਪਰਿਕਰਮਾ ਕਰਦਿਆਂ ਕਰਦਿਆਂ ਤੁਹਾਡਾ ਪੁੱਤਰ ਇਹ ਕਿਉਂ ਕਹਿ ਰਿਹਾ ਸੀ ਬਾਬਾ ਟਰੱਕ ਦੇ ਬਾਬਾ ਟਰੱਕ ਦੇ ਬਾਬਾ ਟਰੱਕ ਦੇ
उस वेले वह पठान के लफज पता की सुने ध्यान हूं विश्वास बनायो बापू नानक दे उते जिन्हों का आगमन पर्व मना रहे हैं वह पठान पता की कहता है कहता ब्रिगेडियर जी ये दो चार मिनट लगने ने गल नूं समा है तुहाडे कोल कहिंदे हाँ दसो सही ये तुहाडा पुत्र वार वार क्यों कह रहा बाबा ट्रक दे ते उस वेले वह पता की सुनाउंदा है कहन लगा मेरे विआह नूं बहुत समा बीत गया घर च औलाद नहीं हुई कहिंदे जिथे भी कोई दस पाउंदा सी उत्थे जा तेरे घर पुत्र हो जाएगा असीं पटकदे सां पटकदे कदी किधर जाने सा कदी किधर जाने सा कदी किसे दे बूए कदी किसे दे बूए पर कितों भी खैर झोली च ना पई कहिंदे एक दिन पता नहीं गुरु पिता परमेश्वर साईं दा केड़ा तरस वरतिया तरस जदों तरस वरतदा है ना ते फिर प्यारे ओ रंगे होए गुरसिखां दा मिलाप कराउंदा है जी कहिंदे पता नहीं केड़ा तरस वरतिया अल्लाह ने पता नहीं की कृपा की केंद्र इतने ही पाकिस्तान च रहा ना मैं एक रंगे हुए गुरसिख का मेल हो गया उन्होंने मैं सारी गल दसी इदा विआह तो बाद बड़ा समा बीत गया घर च औलाद नहीं जिथे जिथे किसी ने कहा मैं उथे उथे गया पर खैर झोली च नहीं पई कोई ढंग दस मेरे घर पुत्र हो जाए तो वह गुरसिख असलीयत च जुड़िया उन्हें अपने मन च सोचिया जे मैं सीधा कहता ना ननकाणा साहब जाया कर गुरु ग्रंथ साहब जी के अगे जाके अरदास कर हो सकता है ये असर ना होवे उन्हें एक जुगत दसते जुगत पता की कहिंदा एक काम कर एक मिट्टी का घड़ा लै लै या मिट्टी का कोई बर्तन या कोई भी बर्तन लैके जेड़े जेड़े गुरु पीरां दे फकीरां दे रब दे प्यारियां दे नाम तेनू आउंदे आ ना परचियां सब दे नावां दियां बना लै ओ बर्तन दे विच पा दे अल्लाह दे अगे भेज के अरदास कर हे अल्लाह जिथों भी तुसी मेरिया झोलियां भरमाउणियां ना मेरे हाथ विच ओह ही परची आवे हुण गुरसिख नूं भरोसा सी परची आउणी ओह ही है जो मैं अंदरों अरदास करती विश्वास सी ना जुड़े हुए ने जुड़न दा ढंग दसता उन्हें परचियां की कीतियां मुसलमान पठान ने अपनी खड्ड बीती सुना रहे है कहिंदा मैं बड़े पीर फकीर जिन्ना जिन्ना नूं मैं जानदा सां जां जिथे जिथे गया सब दे नाम लिख के ना ओ बर्तन दे विच पाते परचियां ते लिख के ना ते एक कहिंदे मैं नाम ए वी पाया गुरु नानक शाह फकीर आखो वाहिगुरु जी कहिंदे आ वी मैं नाम पाता प्यार दे विच उहने ए लफ्ज़ लिखे कहिंदा जदों मैं ओ गुरसिख दी गल मन के अरदास कीती अल्लाह दे अगे कि एक परची मैं चुकन लगा ते मैनू ओहो ही परची फड़ायो जिथे तुहानू चंगा लगदा मैं जावां झोली अड्डा कहिंदे जदों मैं परची अरदास करके चुकी परची खोली ओहदे उत्ते लिखिया सी नानक शाह फकीर नानक शाह फकीर है जी ये लिखिया सी कहिंदे उस वेले मैं समझ गया अल्लाह दा इशारा उधर हो रहा है कहिंदे उस तों बाद जिहड़ी अंदरली भटकना सी ना ओह खत्म हो गई हुण कितें नहीं जाणा माफी देना साडी अंदरली भटकना नहीं मुकदी असी गुरु घर भी आउंदे आ कई वारी दूजियां थावां ते भी भटकदे आ कदी नगां वालियां मुंदरियां वालियां कोल कदी धागे तवीतां वालियां कोल अजकल नवां रवाज तुर पिया कई भैणां ने बच्चियां ने ना पैरां दे विच काले धागे बन्ने हुंदे नहीं भाई साडे शरीर दे उत्ते ते ओही चीजां सोभदियां ने जिहड़ियां सानू साडे गुरु पिता ने दित्तियां ने आखो धन गुरु रामदास जी धन गुरु रामदास जी धन गुरु रामदास जी धन गुरु रामदास जी प्यार नाल आखो ना जी धन बाबा दीप सिंह जी बाबा सत्श्री अकाल हुण ओह पठान कहिंदा जदों बाबे नानक दे नाम दी परची आई ना मैं समझ गया अल्लाह ने इधर इशारा कीता ओह भटकिया ना करो तुसी भी वड्डा बापू मिलिया होवे फिर टेंशन नहीं रखी दी वड्डा पिता मिलिया होवे फिर दूजियां दे बूहे ते नहीं चाहीदा सानू ते वड्डा बापू मिलिया असी बापू नूं छड्ड के दूजियां थावां ते जांदे इदां कदी भी नहीं करना कहिंदे जदों परची आई ना नानक शाह फकीर कहिंदा मन च तसली ते हो गई पर मन डरदा है कि मैं मुसलमान हाँ जे सीधा इदा ननकाणा साहब जावांगा बाकी बरादरी वाले हो सकता है मैनू अपनी बरादरी चो कढ देण लाके चो कढ देण जोर है उधर उन्हां दा
ਕਹਿੰਦੇ ਮੈਂ ਪਤਾ ਕਿਹੜਾ ਸਮਾਂ ਚੁਣਿਆ ਕਿ ਮੈਂ ਅੰਮ੍ਰਿਤ ਵੇਲੇ 2 ਵਜੇ ਨਨਕਾਣਾ ਸਾਹਿਬ ਰੋਜ਼ ਹਾਜ਼ਰੀ ਭਰਨੀ ਜਾ ਕੇ ਸਾਰੇ ਸੁੱਤੇ ਹੁੰਦੇ ਨੇ ਅਤੇ ਮੈਂ ਹਾਜ਼ਰੀ ਭਰ ਕੇ ਦਿਨ ਚੜ੍ਹਨ ਤੋਂ ਪਹਿਲੇ ਪਹਿਲੇ ਵਾਪਸ ਆ ਜਾਇਆ ਕਰਨਾ। ਕਹਿੰਦੇ ਮੈਂ ਨਨਕਾਣਾ ਸਾਹਿਬ ਜਾਣਾ ਸ਼ੁਰੂ ਕਰਤਾ। ਦੇਖੋ ਬਾਪੂ ਨੇ ਪਹਿਲੇ ਵਿਧ ਕੀ ਬਣਾਈ, ਅੰਮ੍ਰਿਤ ਵੇਲਾ ਦੇਤਾ ਅੰਮ੍ਰਿਤ ਵੇਲਾ। ਕਹਿੰਦੇ 2 ਵਜੇ ਮੈਂ ਜਾਣਾ ਨਨਕਾਣਾ ਸਾਹਿਬ। ਕੁਝ ਦਿਨ ਬੀਤੇ ਤੇ ਅੰਦਰੋਂ ਗੁਰੂ ਕੇ ਪਿਆਰੇ ਸਿੰਘ ਆਏ, ਕਹਿਣ ਲੱਗੇ ਜੀ ਤੁਸੀਂ ਰੋਜ਼ 2 ਵਜੇ ਆਉਂਦੇ, ਬਾਹਰ ਝਾੜੂ ਦੀ ਸੇਵਾ ਹੀ ਕਰ ਲਿਆ ਕਰੋ। ਬਾਪੂ ਨੇ ਪਹਿਲੇ ਅੰਮ੍ਰਿਤ ਵੇਲਾ ਦਿੱਤਾ, ਸਿਮਰਨ ਦਿੱਤਾ ਤੇ ਨਾਲ ਸੇਵਾ ਵੀ ਦਿੱਤੀ। ਕਹਿੰਦੇ ਮੈਂ ਝਾੜੂ ਦੀ ਸੇਵਾ ਕਰਨੀ ਸ਼ੁਰੂ ਕਰਤੀ। ਕਹਿੰਦੇ ਕੁਝ ਦਿਨਾਂ ਬਾਅਦ ਉਹ ਹੀ ਗੁਰਮੁਖ ਕਹਿੰਦੇ ਤੁਸੀਂ ਝਾੜੂ ਦੀ ਸੇਵਾ ਵੀ ਕਰਦੇ ਹੋ, ਪਾਣੀ ਦੇ ਨਾਲ ਬਾਹਰਲੀ ਸਾਰੀ ਜਿਹੜੀ ਜਗ੍ਹਾ ਨਾ ਉਹਦੀ ਸਫਾਈ ਵੀ ਉਹ ਸੇਵਾ ਵੀ ਕਰ ਲਿਆ ਕਰੋ। ਕਹਿੰਦੇ ਮੈਂ ਕਿਹਾ ਮੇਰੇ ਧੰਨ ਭਾਗ। ਕਹਿੰਦੇ ਮੈਂ ਰੋਜ਼ ਹੁਣ ਬਾਹਰ ਜਿੰਨਾ ਹੀ ਵੀ ਜਗ੍ਹਾ ਸਾਰੀ ਜਗ੍ਹਾ ਨੂੰ ਧੋਣ ਦੀ ਸੇਵਾ ਵੀ ਕਰਨੀ, ਝਾੜੂ ਦੀ ਸੇਵਾ, ਸਿਮਰਨ ਵੀ, ਪਰ ਅੰਦਰ ਇੱਕੋ ਹੁਣ ਭਰੋਸਾ ਕਿਤੇ ਹੋਰ ਭਟਕਣਾ ਨਹੀਂ, ਪੁੱਤਰ ਮੈਨੂੰ ਦੇਣਾ ਤੇ ਨਾਨਕ ਸ਼ਾਹ ਫਕੀਰ ਨਹੀਂ ਦੇਣਾ। ਕਹਿੰਦੇ ਮੈਂ ਰੋਜ਼ਾਨਾ ਇੱਦਾਂ ਨੇਮ ਬਣਾ ਲਿਆ ਤੇ ਗੁਰੂ ਨੇ ਕਿਰਪਾ ਕੀਤੀ। ਕਹਿੰਦੇ ਸਾਲ ਬਾਅਦ ਮੇਰੇ ਘਰ ਪੁੱਤ ਨੇ ਜਨਮ ਲਿਆ। ਕਹਿੰਦੇ ਆਹ ਉਹੀ ਪੁੱਤ ਹੈ, ਇਹ ਗੁਰੂ ਨਾਨਕ ਨੇ ਦਿੱਤਾ ਹੈ। ਤੁਹਾਡਾ ਜਕਾਰਾ ਨਾ ਵਿੱਚੇ ਜਿਹਾ ਰਹਿ ਗਿਆ, ਗੱਜ ਕੇ ਲਾਓ ਜਕਾਰਾ। ਹਾਂ ਸਤਿ ਸ੍ਰੀ ਅਕਾਲ। ਕਹਿੰਦੇ ਆ ਉਹੀ ਪੁੱਤਰ ਹੈ। ਕਹਿੰਦੇ ਹੁਣ ਤਕਰੀਬਨ 11 ਸਾਲਾਂ ਦੀ ਇਹਦੀ ਉਮਰ ਹੈ। ਕਹਿੰਦਾ ਮੈਂ ਟਰੱਕ ਦਾ ਡਰਾਈਵਰ ਹਾਂ, ਮੇਰੇ ਕੋਲ ਆਪਣਾ ਟਰੱਕ ਨਹੀਂ, ਨੌਕਰੀ ਕਰਦਾ, ਡਰਾਈਵਰੀ ਕਰਦਾ। ਤੇ ਇੱਕ ਦਿਨ ਕਹਿੰਦੇ ਆ ਬੱਚਾ ਮੈਨੂੰ ਕਹਿੰਦਾ ਅੱਬਾ ਹਜ਼ੂਰ ਤੁਸੀਂ ਟਰੱਕ ਦੀ ਡਰਾਈਵਰੀ ਕਰਦੇ, ਆਪਣਾ ਟਰੱਕ ਕਿਉਂ ਨਹੀਂ ਲੈਂਦੇ? ਤੇ ਕਹਿੰਦੇ ਮੈਂ ਸੋਚਿਆ ਬਸ ਆਹੀ ਵੇਲਾ ਇਹਨੂੰ ਜੋੜਨ ਦਾ। ਕਹਿੰਦੇ ਫਿਰ ਮੈਂ ਇਹਨੂੰ ਲਿਆਇਆ ਨਨਕਾਣਾ ਸਾਹਿਬ। ਕਹਿੰਦੇ ਹੁਣ ਸਭ ਸ਼ਰਮ ਸ਼ੋ ਨੂੰ ਛੱਡ ਦਿੱਤੀ, ਕੋਈ ਪਰਵਾਹ ਨਹੀਂ ਦੁਨੀਆ ਦੀ, ਲੋਕਾਂ ਦੀ, ਬਰਾਦਰੀ ਦੀ, ਹੁਣ ਤੇ ਬਸ ਅੰਦਰੋਂ ਬਣ ਚੁੱਕੇ ਆ। ਕਹਿੰਦੇ ਮੈਂ ਆਪਣੇ ਪੁੱਤਰ ਨੂੰ ਲਿਆਂਦਾ ਨਨਕਾਣਾ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਕਰਵਾਏ ਦੀਦਾਰ, ਤੇ ਆਪਣੇ ਪੁੱਤ ਨੂੰ ਕਿਹਾ ਪੁੱਤਰਾ ਆ ਉਹੀ ਗੁਰੂ ਨਾਨਕ ਹੀ, ਆ ਉਹੀ ਗੁਰੂ ਗ੍ਰੰਥ ਸਾਹਿਬ, ਉਹੀ ਗੁਰੂ ਨਾਨਕ ਹੀ ਜਿਹਦੇ ਅੱਗੇ ਅਰਦਾਸਾਂ ਕਰਕੇ ਮੈਂ ਤੈਨੂੰ ਲਿੱਤਾ, ਇਹਨੇ ਹੀ ਤੈਨੂੰ ਸਾਡੇ ਘਰ ਭੇਜਿਆ। ਤੇ ਜੇ ਤੈਨੂੰ ਟਰੱਕ ਚਾਹੀਦਾ ਨਾ, ਤੇ ਇਸੇ ਗੁਰੂ ਨਾਨਕ ਦੇ ਅੱਗੇ ਆ ਕੇ ਕਿਹਾ ਕਰ ਬਾਬਾ ਟਰੱਕ ਦੇ। ਕਹਿੰਦੇ ਹੁਣ ਇਹ ਬੱਚਾ ਦਿਮਾਗ ਵਿੱਚ ਗੱਲ ਵਸ ਗਈ, ਕਹਿੰਦੇ ਅਸੀਂ ਹੁਣ ਰੋਜ਼ ਨਨਕਾਣਾ ਸਾਹਿਬ ਆਉਂਦੇ ਹਾਂ ਤੇ ਗੁਰੂ ਬਾਬਾ ਨਾਨਕ ਜੀ ਦੇ ਜਦੋਂ ਦਰਸ਼ਨ ਕਰਦੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਤੇ ਕਹਿੰਦੇ ਮੇਰਾ ਪੁੱਤਰ ਪਰਿਕਰਮਾ ਕਰਦਾ, ਤੇ ਪਰਿਕਰਮਾ ਕਰਦਿਆਂ ਕਰਦਿਆਂ ਕਹਿੰਦਾ ਬਾਬਾ ਟਰੱਕ ਦੇ, ਬਾਬਾ ਟਰੱਕ ਦੇ। ਇਹ ਬ੍ਰਿਗੇਡੀਅਰ ਆ ਕੇ ਉਹਨਾਂ ਨੇ ਹੱਡ ਬੀਤੀ ਸੁਣਾਈ। ਕਹਿੰਦੇ ਜਿੰਨਾ ਉਹਨਾਂ ਦੇ ਅੰਦਰ ਭਰੋਸਾ ਹੈ ਨਾ ਪਠਾਣਾ ਦੇ ਅੰਦਰ, ਉਹ ਪਠਾਣ ਦੇ ਅੰਦਰ ਨਾਲ ਉਹਦੇ ਬੱਚੇ ਦੇ ਅੰਦਰ, ਕਹਿੰਦੇ ਮੈਨੂੰ ਪਤਾ ਹੁਣ ਤੱਕ ਇੱਕ ਟਰੱਕ ਕੀ ਪਤਾ ਨਹੀਂ ਕਿੰਨੇ ਕੁ ਟਰੱਕ ਦੇ ਦਿੱਤੇ ਹੋਣੇ ਗੁਰੂ ਨਾਨਕ ਨੇ। ਪਿਤਾ ਗੁਰੂ ਨਾਨਕ ਜੀ ਦਾ ਆਗਮਨ ਪੁਰਬ ਮਨਾਉਣ ਵਾਲਿਓ, ਉਹ ਮੇਰੀ ਬੇਨਤੀ ਏ, ਬੇਨਤੀ, ਅੰਦਰੋਂ ਭਰੋਸਾ ਕਰਨਾ ਸਿੱਖੋ। 7-8 ਮਿੰਟ ਬਾਕੀ ਨੇ, ਸੁਣਿਓ ਧਿਆਨ ਨਾਲ ਜਿਹੜੀ ਮੈਂ ਗੱਲ ਕਰ ਰਿਹਾ। ਭਰੋਸਾ ਕਰੋ, ਭਰੋਸਾ, ਵਿਸ਼ਵਾਸ, ਜਿਵੇਂ ਬਾਬਾ ਆਨੰਦ ਸਿੰਘ ਜੀ ਨੇ ਕੀਤਾ। ਹਿੱਕ ਤੇ ਹੱਥ ਮਾਰ ਕੇ ਕਹਿਣਾ ਬਾਬਾ ਆਨੰਦ ਸਿੰਘ ਸਾਹਿਬ ਨੇ, ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਿਤਾਬ ਕਹਿੰਦਾ, ਕੋਈ ਜਿਲਦ ਕਹਿੰਦਾ, ਕੋਈ ਵਰਕੇ, ਕੋਈ ਸ਼ਾਈ, ਕੋਈ ਕੁਝ ਕਹਿੰਦਾ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ, ਉਹਦੀ ਰਸਨਾ ਨੇ ਕਿੱਡੀ ਨਿਮਰਤਾ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਏ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਕਿਤਾਬ ਕਹਿੰਦਾ, ਕੋਈ ਵਰਕੇ, ਕੋਈ ਜਿਲਦ ਕਹਿੰਦਾ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਏ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤਾਂ ਸਹੀ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਏ। ਬਸ ਲੋੜ ਹੈ ਸਾਡੇ ਵਿਸ਼ਵਾਸ ਦੀ, ਸਾਡੇ ਭਰੋਸੇ ਦੀ। ਆਓ ਜਿੱਥੋਂ ਸ਼ੁਰੂ ਹੋਏ ਸਾਂ, ਪੜ੍ਹ ਕੇ ਪੰਕਤੀਆਂ ਕੀਰਤਨ ਦੀ ਸਮਾਪਤੀ ਕਰੀਏ। ਭੁੱਲ ਚੁੱਕ ਦੀ ਤੁਸੀਂ ਖਿਮਾ ਕਰ ਦੇਣਾ, ਅੱਜ ਵਿਸ਼ਵਾਸ ਲੈ ਕੇ ਜਾਇਓ।
भरोसा लैके जायो बापू नानक दे आगमन पुरब ते जितने भी असी इकट्ठे होए हाँ साडा भरोसा बजदे बहुत बहुत गुरु बाबा नानक जी दे आगमन पुरब दियां सारियां संगतां नूं वधाईआं आ जिन्नियां प्यारियां प्यारियां रूहां गुरु के लाल आ जिन्नियां संगतां बैठियां सारियां दे चरणों के उत्ते मैं सिर चुका के मत्था टेक रहा मेरा टेकया होया मत्था प्रवान करो जी आओ एक बार ये पंक्तियां पढ़ के कीर्तन की समाप्ति भुल चुक की खिमा कर देना कीर्तन भेड़ जिनी तुसी माया दिती जां देंदे अपनियां अखां नाल आ के तको राम तीर्थ रोड से बाबा दीप सिंह चैरिटेबल ट्रस्ट पिता जी ने कृपा की है रहमत की दाता बंदी छोड़ पब्लिक स्कूल चल रहा CBSE स्कूल दोवें तरह की पढ़ाई गुरमत की भी दुनियावी पढ़ाई भी करवाई जा रही उस अस्थान से गुरु बाबा नानक जी की रसोई 2000 तो वध प्रेमी रोज़ लंगर छकते 2000 तो वध प्रेमी उत्थे लंगर छकते ने एक गड्डी बनाई गुरु बाबा नानक जी की चलती फिरती रसोई वख वख थावां ते लंगर प्रसाद तैयार करके पहुँचाया जाता है हुण नवी सेवा तकरीबन हफ्ते तक शुरू होने लगी बाबा दीप सिंह जी फ्री टिफन सेवा जेड़े बजुर्ग ने पुत्र उन्होंने खाना नहीं देंदे पुछदे ने कल्ले ने रोटी बना भी नहीं सकते उन्होंने घर टिफन पहुँचाने की सेवा दो वेले का लंगर वह भी हफ्ते एक तक पिता जी की कृपा न शुरू हो जानी सेवा नाल उत्थे विधवा बीबियां नूं राशन देण की सेवा भी बाबा दीप सिंह जी गुरमत ज्ञान संगीत अकैडमी लड़कियां का दोवां सालों का कोर्स गुरमत का कीर्तन की तबले की सिखलाई गुरबाणी की संथिया बच्चियां की सेहत वल रवे जिम का घोड़सवारी का प्रबंध भी नाल इस तो इलावा उत्थे जो बाबा दीप सिंह जी हैल्थ केयर चैरिटेबल हस्पताल 20 रुपया की परची से 2 दिन की दवाई दी जाती वो डॉक्टर जेडे अपनी क्लीनिक से 200-300 भी लेंदे 20 से वेखते भी दवाई भी देंदे ते नाल प्यारे डिजिटल एक्सरे 150 रुपए से लैबोरेटरी के सारे टेस्ट लागत मुल नाल ते महाराज जी का तरस तरस हर महीने की 27 तरीक न चुपहरा होंगे उत्थे फ्री मेडिकल कैंप भी लगता है उसने ना 20 रुपए परची लगती ना एक्सरिया का कोई पैसा लगता है ना लैबोरेटरी के टेस्टा का दवाई भी 2 दिन की दी जाती जेडे लाभ लेना चाहते हो भी सकते ये मेडिकल सहूलत का मैं जी गल कर रहे हैं हस्पताल भी चल रहे तो नाल ही उत्थे पिता जी ने अपना तरस का खाता खोलिया बिल्कुल नाल जगह दिती जी दया प्रवान पार्क पंछियों नूं दाणा पाउणा खाणा पाउणा बीमार पंछियों के इलाज का हस्पताल सराम भी तो गुरद्वारा साहब भी तो यह सेवावां जे प्रारंभ होईयां ने तीसरा यूनिट दिता बटाला रोड 25,000 गज जगह है जिथे स्कूल भी हस्पताल भी तो गुरु बाबा नानक जी की रसोई भी दो चीज़ों नूं मुख तौर पर लैके चल रहे एजुकेशन नूं ते हैल्थ नूं माया पक्षों दोवें चीज़ां सस्तियां होण पर होण टॉप क्लास फिर तुसीं अगे वधोगे ही वधोगे ये नवी जगह की रजिस्ट्री अजे होनी ही है मैं जेडे तुसी बैठे होंगे तुहानू भी सहजे ये बेनती हो जाती क्योंकि बाद विच लखां संगतां तक प्रोग्राम जाता है 2500 रुपया एक गज की सेवा एक एक दो दो पांच पांच गज की सेवा जेडे करना चाहो भी कर सकते ते नाल प्यारे टीवी स्क्रीन के उत्ते तुहाडे अकाउंट डिटेल चलती है पक्के महीनावारी डोनर बन जाओ इन्नी सेवा असी ट्रस्ट नूं हर महीने भेजनी भेजनी अपनी वित्त मुताबक भेजिया करो साडा सुनिया आवे भावें ना आवे ये होएगा कि 113 यूनिट मैं कहना पर इस तो डबल ट्रिपल कार्ज हो जाएगा जो तुम मोढ़े नाल मोढ़ा जोड़ के साथ दोगे साडा यूट्यूब चैनल है भाई अमनदीप सिंह जी ऑफिशियल चैनल उन्होंने सबसक्राइब जरूर करो आओ पढ़ो पंक्तियाँ कीर्तन की समाप्ति कोई रसना वंझी ना रहे जी जिथे बाबा पैर तरे पूजा आसन थापण सोवा जिथे बाबा पैर तरे जिथे बाबा पैर तरे पूजा आसन थापण सोवा जिथे बाबा पैर तरे अरे कृपा करो सिद्ध आसन सब जगत दे सिद्ध आसन सब जगत दे नानक आत्मते जे को जिथे बाबा पैर तरे पूजा आसन थापण सोवा जिथे बाबा पैर तरे लो हाजरियां जिथे बाबा पैर तरे पूजा आसन थापण सोवा जिथे बाबा पैर तरे जिथे बाबा पैर तरे पूजा आसन थापण सोवा जिथे बाबा पैर तरे बोले
सत श्री अकाल। बेनती 7 नवंबर नू रैन सभाई समागम रखे ने बाबा दीप सिंह जी चैरिटेबल ट्रस्ट राम तीर्थ रोड विखे। जड़ियां प्यार वालियां संगतां इधरों भी जांदियां होर दसा दसा नू लैके आयो। 9 बजे तो सवेरे 4 बजे तक रैन सभाई समागम होणगे। परिवारां समेत पुजियो, गुरु जी दियां खुशियां प्राप्त करियो। प्यार से सारे फतेह बुलाओ, आखो वाहिगुरु जी का वाहिगुरु जी की फतेह।